ਅੱਗ ਬਾਲ ਦੀ, ਅੱਗ ਬਾਲ ਦੀ, ਅੱਗ ਬਾਲ ਦੀਏ ਕਿ ਅੱਗ ਪਾ ਦੀਏ? ਲੜਾਈ ਕਰਾ ਕੇ ਮਿਸ ਕਾਲ ਮਾਰਦੀ ਆਪਦੇ ਨੰਬਰ ਤੋਂ? ਮੈਂ ਉਹ ਤੈਨੂੰ ਜਾ ਕੇ ਨਾ ਵਟਸਐਪ ਕਰਾਂ, ਨੰਬਰ ਤੇਰਾ ਉਹੀ ਹੈ ਜਿਹੜਾ ਮੈਂ ਫੋਨ ਕਰਦਾ ਹੁੰਦਾ ਨਾ, ਉਹਦੇ ਤੇ ਵਟਸਐਪ ਆ ਨਾ? ਬਸ ਠੀਕ ਹੋ ਗਿਆ, ਨੰਬਰ ਤਾਂ ਤੇਰਾ ਹੈਗਾ ਵਾ, ਬਾਕੀ ਦੇਖ ਲਾਂਗੇ ਆਪਾਂ। ਅੱਗ ਤਾਂ ਲਾਤੀ ਆਪਾਂ ਯਾਰ, ਕਿੱਥੇ ਪਲਾਸ? ਮੋਟਰ ਤਾਂ ਪਹਿਲਾਂ ਚੱਕ ਲੈ, ਸੀਟ ਕੱਢ ਹੀ ਲਈ ਭਾਈ, ਨਿਕਲ ਗਿਆ, ਨਿਕਲਣੀ ਨਹੀਂ ਸੀ, ਮਨ ਨਿਕਲ ਗਿਆ। ਇਹ ਕੀ ਇੰਨਾ ਉੱਚਾ ਕਰ ਦਿੰਦੇ? ਕਿੰਨਾ ਨਹੀਂ ਪਾ ਦੇ ਸਗੋਂ, ਕਿੰਨਾ ਉੱਚਾ ਹੋਣਾ ਵੇਖ ਰੱਖ ਖਾ, ਇੱਕ ਵਾਰੀ ਵੇਖ ਰੱਖ ਖਾ, ਉੱਚਾ ਬਹੁਤਾ ਵਾ ਤੇ ਆਪਾਂ 3 ਫੁੱਟ ਦਾ ਕਦੋਂ ਯਾਰ ਲੈ ਜਾਂਦਾ ਫਿਰ? ਮੈਨੂੰ ਕੀ ਪਤਾ ਵੀ ਤੂੰ ਕਿੰਨਾ ਉੱਚਾ ਕਰਾਉਣਾ ਵਾ। ਅੱਧਾ ਫੋਨ, ਇੱਕ ਮਿੰਟ, ਉਧਰਲੇ ਕੰਮ ਆ ਜਾਊਗਾ, ਉਧਰਲੇ ਪੈ, ਉਧਰਲੀ ਸਾਈਡ ਯਾਰ ਆ ਲੈਵਲ ਵੇਲਾ, ਇੱਥੋਂ ਆ ਮੋਟਰ ਸਾਰੀ ਅੰਦਰ ਜਾਂਦੇ ਆ। ਹਾਂ ਤੇ ਆਪਾਂ ਉੱਚਾ ਕਰ ਦਿੰਨੇ ਆ, ਆ ਦੋਰੇ ਤੇ ਤੇਰਾ ਉੱਚਾ ਹੀ ਗਿਆ ਇਹ। ਉਹ ਬਹੁਤੀ ਉੱਚੀ ਹੋ ਜਾਣੀ ਹੈ, ਬਹੁਤੀ ਉੱਚੀ ਹੋ ਜਾਣੀ। ਪਰਲਾ ਵੱਡਾ ਵਾ, ਫਿਰ ਆਹ ਜਿਹੜਾ ਪੈਪ ਆਪਾਂ ਉਧਰਲੇ ਮੋਟਰ ਚ ਫਿੱਟ ਕਰਿਆ ਜੀ। ਹੈਲੋ, ਤਸੀਲਾ ਮੈਂ ਫੜ ਲਿਆ ਉਹਦੇ ਕੋਲ, ਤੂੰ ਅੱਜ ਹੀ ਸਾਰਾ ਕੰਮ ਕਰਾਉਣਾ, ਜੁਮਾ ਹੈਗਾ ਵਾ, ਛੁੱਟੀ ਤੇ ਉਹ ਤੇ ਤੇਰਾ ਚੱਲਦਾ ਪਿਆ ਨਾ ਕੰਮ, ਚੱਲਦਾ ਤਾਂ ਪਿਆ, ਉਹ ਵੀ ਇਸ ਤੋਂ ਬਾਅਦ ਸ਼ੁਰੂ ਕਰਨਾ ਨਾ, ਇਸ ਤੋਂ ਬਾਅਦ ਹੀ ਆ। ਹਾਂ ਜਦੋਂ ਕਰਨਾ ਹੈ ਉਹ ਆਪਾਂ ਦੱਸ ਦਾਂਗੇ। ਸਿਵਰਜ ਵਾਸਤੇ 6 ਦਾ ਪਾਈਏ ਕਿ 5 ਦਾ ਬਹੁਤ ਆ? 5 ਦਾ ਬਹੁਤ ਆ ਜੀ, 5 ਦਾ ਬਹੁਤ। ਅੰਦਰ ਵੀ, ਅੰਦਰ ਦੀਆਂ ਮੇਨ
ਰਾਏ ਦਿਨ ਤਾਂ ਇਹਨਾਂ ਦਾ ਗਟਰ ਬੰਦ ਰਹਿੰਦਾ, ਮੈਂ ਕਹਿੰਦਾ ਬਾਹਰ ਛੇਦਾ ਪਾ ਦਈਏ ਕਿ ਨਹੀਂ, ਕਿ ਬਹੁਤਾ ਵੱਡਾ ਹੈ ਗਟਰ ਬੰਦ ਹੋਣ ਨਾਲ ਪੈਪ ਦਾ ਕੋਈ ਲੈਂਗ ਜਿੰਨਾ ਮਰਜ਼ੀ ਉੱਚਾ ਕਰਾ ਲਈ ਹੈ, ਜਿੰਨਾ ਮਰਜ਼ੀ ਉੱਚਾ ਕਰਾ ਲਈ, ਉੱਚਾ ਕਿੰਨਾ ਬਾ ਠੀਕ ਆ, ਇਹਦੇ ਲੈਵਲ ਤੇ ਲਾ ਦੇਣਾ ਵਾ। ਯਾਦ ਤੇਰਾ ਨਜ਼ਰ ਨਹੀਂ ਆਇਆ ਅੱਜ, ਛੁੱਟੀ ਤੇ ਆ ਗਏ ਸੀ ਅਸੀਂ ਦੁਕਾਨ ਤੇ। ਉਹ ਕੱਲ ਨਾ ਇੱਕ ਪੰਪ ਦੀ ਸੀਲ ਪਾਈ ਸੀ ਤੇ ਉਹ ਲੀਕ ਸੀ, ਸੀਲ ਪਾਤੀ, ਸੀਲ ਲੀਕ ਨਹੀਂ ਸੀ, ਉਹਦੀ ਹਾਂਡੀ ਦੇ ਵਿੱਚ ਸੁਰਾਗ ਸੀ। ਅਸੀਂ ਕਿਹਾ ਕਹਿੰਦੇ ਸੀਲ ਫਿਰ ਲੀਕ ਕਰ ਗਏ, ਅੱਜ ਜੁਮਾ ਸੀ, ਉਹ ਕਹਿੰਦਾ ਯਾਰ ਅਸੀਂ ਸਲੂਸ਼ਨ ਇਹਦੇ ਵਿੱਚ ਹੀ ਇਹ ਸਲੂਸ਼ਨ ਉਹ ਆ ਜਿਹਦੇ ਨਾਲ ਫੰਬਾ ਜਿਹਾ ਲੱਗਾ ਹੁੰਦਾ। ਅੱਛਾ, ਪਹਿਲਾਂ ਤਾਂ ਉਹ ਡੱਬੀ ਵਾਲਾ ਹੁੰਦਾ ਸੀਗਾ ਇੱਕ, ਉਹ ਬੰਦ ਹੋ ਗਿਆ, ਕਿਉਂ ਹੁੰਦਾ ਵੈਸੇ? ਨਹੀਂ ਉਹ ਕੱਲ ਦੀ ਛੱਡ ਗਿਆ, ਉਹ ਲੈ ਕੇ ਨਹੀਂ ਗਿਆ, ਹਲੇ ਆ ਜਾਲੀ ਜੀ ਲੱਭੀ ਮਾੜੀ ਜੀ।
ਇਹਦੇ ਤੇ ਤਾਂ ਲਾਇਆ ਨਹੀਂ ਸੋਲੂਸ਼ਨ ਕਿ ਕੁਛ ਨਹੀਂ ਹੁੰਦਾ ਇਹਨੇ ਸਿਰਫ ਮਿੱਟੀ ਰੋਕਣੀ छोटे हाँ उपर ही ला देख ला कि दुरमट मारिया नहीं होया यार मैं ता कहना थड़ी दे उत्ते थड़ी बना ला बहुत दो इटा लगिया ही कि तीन लगी ਉੱਚੀ ਆ ਬਹੁਤੀ ਯਾਰ ਤਿੰਨ ਇੱਟਾਂ ਬਾਹਰ ਆਉਣੀਆਂ ਦੋ ਤਾਂ ਅੰਦਰ ਚਲ ਜਾਣੀਆਂ ਜਦੋਂ ਫਰਸ਼ ਪਾਇਆ ਉੱਚਾ ਹਲੇ ਸਲੂਸ਼ਨ ਨਹੀਂ ਮੈਂ ਕਰ ਰਹੀ तीन बार उचा करता हूं नीवा करना दस दे बहुत उचा हाँ
ਫਰਸ਼ ਯਾਰ ਅੱਜ ਦੇ ਲੈਵਲ ਦਾ ਹੋਣਾ, ਅੱਜ ਨਾ ਆ ਕਮਰਾ ਵਾ ਯਾਰ, ਕੁਛ ਨੀ ਹੁੰਦਾ ਤੂੰ ਲਾ ਦੇ ਪਰ ਲਾ ਦੇ ਇਵੇਂ ਦੀ ਬਾਤ ਜਦੋਂ ਹੁੰਦੀ ਹੁੰਦੀ ਜਦੋਂ ਜਹਾਜ਼ ਚੜ੍ਹਦਾ ਹੁੰਦਾ ਕਿ ਨਹੀਂ ਇੰਨੀ ਵੀ ਨੀ ਉੱਚੀ ਯਾਰ, ਕੁਛ ਨੀ ਹੁੰਦਾ ਕਿ ਨਹੀਂ, ਬਾਕੀ ਇਹਨੂੰ ਹਾਂ ਪਲਸਤਰ ਇਹਨੂੰ ਕਰ ਦਾਂਗੇ ਨਾ ਅੱਛੇ ਤਰੀਕੇ ਨਾਲ, ਪੁਰਾਣੀ ਸੀਲ ਖਰਾਬ ਹੋ ਜਾਂਦੀ ਆ ਉਹਦੇ, ਖਰਾਬ ਹੋ ਗਈ ਜਿਹੜੀ ਲੱਤੀ ਸੀ ਹੈ। ਅੱਛਾ ਅੱਛਾ ਸਿੰਗਲ ਦੀ ਹੈ ਕਿ ਡਬਲ ਦੀ ਹੈ ਮੋਟਰ? ਸਿੰਗਲ ਡਬਲ ਇੰਪੈਲਰ ਹੈ ਉਹ ਕਹਿੰਦਾ ਸਿੰਗਲ ਆ, ਨਹੀਂ ਅੱਜ ਇਹਨਾਂ ਦੇ ਨਟਾਂ ਦੇ ਫਰਕ ਹੋਊਗਾ ਨਾ ਆਪੇ, ਇਹ ਡਬਲ ਹੁੰਦੀ। ਅੱਛਾ ਕੌਣ ਕਹਿੰਦਾ ਸਿੰਗਲ? ਆ ਕਿਰਾਏਦਾਰ ਹੀ ਕਹਿੰਦਾ ਤਾਂ ਨਹੀਂ ਪਾਣੀ ਚੱਕਦੀ ਸਹੀ ਤਰ੍ਹਾਂ। ਕੰਮ ਕਰਦੇ ਤੇਰੇ ਕੰਨ ਕਿਉਂ ਲਾਲ ਹੋ ਜਾਂਦੇ? ਅੱਛਾ ਅੱਛਾ ਸ਼ੇਵ ਕਰਾਈ ਤਾਂ ਕਰਕੇ ਛੋਟਾ ਨੀ ਹੈਗਾ ਤੰਗ ਹੈ, ਛੋਟਾ ਰੈਂਟ ਨੀ ਨਾ ਹੈਗਾ ਜਗ੍ਹਾ। ਅੱਛਾ ਅੱਛਾ ਕੀ ਹੋਇਆ ਕੰਨ ਲਾਲ? ਕੰਮ ਕਰਦੇ ਕੰਨ ਕੇ ਲਾਲ ਹੋ ਗਏ। ਸਹੀ ਕਹਿ ਰਿਹਾ ਮੈਂ ਭਾਈ, ਹੋਰ ਨੀ ਕੁਛ ਲਾਲ ਦੇਖਦਾ ਤੇ ਤੂੰ, ਮੂੰਹ ਵੀ ਲਾਲ ਹੋਇਆ ਭਾਈ।
ਯਾਰ ਪਲਾਸ ਤਾਂ ਉਰਲੇ ਪਾਸੋਂ ਪੈ ਜਾਣਾ ਸੀਗਾ, ਇਹ ਵੀ ਤੂੰ ਸਿੱਧਾ ਕਰ ਸਕਦੇ ਆ ਕਿਹੜੀ ਸਾਈਡ ਉਰਲੇ ਪਾਸੋਂ? ਨਹੀਂ ਨਹੀਂ ਯਾਰ ਟਾਈਪ ਕਰਨਾ ਰਹਿ, ਛੋਟਾ ਨਹੀਂ ਨਾ ਇੱਕ ਵੀ ਨਹੀਂ ਪੈਂਦਾ ਜੀ ਸਾ ਇੱਕ ਹੀ ਪੈ ਜਾਂਦਾ ਮਾੜਾ ਜਿਹਾ ਮੇਰਾ ਖਿਆਲ ਉਹ ਜਿਹੜਾ ਸਖਤ ਹੋਇਆ ਹੋਇਆ ਨੱਟ ਉਹ ਇੱਧਰ ਲਾ ਲਾ ਯਾਰ, ਕਿੰਨੇ ਇਹਨੂੰ ਹੋਰ ਕੱਸ ਆਉਣੇ ਨਾਲ ਬਿਠਾ ਹੋ ਗਿਆ
ਆ ਟੋਪੀ ਇਹਦੀ ਲੱਥ ਗਈ ਹੈ ਹੈਂ ਆਉਂਦੀ ਉਹ ਕਰ ਲੈਣੀ ਹੋ ਜਾਣੀ ਸੈਂਟ ਲਾ ਤਾਂ ਪਿਆ ਆਪਾਂ ਪਾਣੀ ਪਾਉਣਾ ਪੈਣਾ ਪਹਿਲਾਂ ਮਿੱਟੀ ਪਾ ਲਈ ਫਿਰ ਕੌੜੀ ਹਿੱਲੂਗੀ ਨਹੀਂ ਤੇਰੀ ਮਿੱਟੀ ਮੈਂ ਹੁਣੇ ਲਾ ਦੇਣਾ ਥੋੜ੍ਹੀ ਜਿਹੀ ਮਿੱਟੀ ਪਾ ਦੇ ਬਾਕੀ ਜਦੋਂ ਪੱਧਰੀ ਪੁੱਧਰੀ ਕਰਨੀ ਹੈ ਉਸ ਹਿਸਾਬ ਨਾਲ ਨਹੀਂ ਜ਼ੋਰ ਅੱਲਾ ਦੇ ਬੰਦਾ ਲੱਗਣਾ ਹੀ ਆ ਇਹ ਜ਼ੋਰ ਵਾਲਾ ਕੰਮ ਹੈ ਇਹਦੇ 'ਚ ਨਾ ਜ਼ੋਰ ਲੱਗੇ ਕਿੱਥੇ ਲੱਗੇ ਹੋਰ ਥੋੜ੍ਹੀ ਜਗ੍ਹਾ ਜ਼ੋਰ ਲੱਗਣਾ ਜਗ੍ਹਾ ਤਾਂ ਬਥੇਰੀਆਂ ਕਰਾ ਰਿਹਾ ਧਿਆਨ ਕਰੀਬ ਆ ਬਸ
हो गया तेरा उधरों पढ़ाई मुकम्मल हो गई? की कंप्लीट हो करता, गई कोर्स करता है? मैं की करता हूँ? यार, एमबीए किया, खत्म हो गया पढ़ाई हुण तां। हुण की फ्री हुण फ्री हाँ, हुण देखदे हां की करिए। नौकरी लग जाए बुढ़े ने कहा नहीं, होर इंशाल्लाह लग जाए। कबीला असद असद लग गए यार नौकरी? ओए उन्हें यार वो दूसरा सिगा ਉਹਨੇ ਉਹ 3 ਸਾਲ ਵਾਲਾ ਡਿਪਲੋਮਾ ਕੀਤਾ ਸੀਗਾ ਇਲੈਕਟ੍ਰੀਕਲ, ਅਤੇ ਉੱਤੋਂ ਉਹਨੂੰ ਉਹ ਟਰਾਂਸਫਾਰਮਰ ਵਗੈਰਾ ਵਾਲਾ ਕੰਮ ਵੀ ਆਉਂਦਾ ਸੀ, ਉਹ ਤਾਂ ਕਰਕੇ ਫਸ ਗਿਆ। ਨਹੀਂ ਨਹੀਂ ਉਹ ਸਹੀ ਰਹਿ ਗਿਆ, ਹੁੰਦਾ ਵੀ ਮੇਰਾ ਖਿਆਲ ਉੱਧਰ ਬਲੋਚਿਸਤਾਨ ਵਾਲੀ ਸਾਈਡ 'ਤੇ ਆ ਨਾ, ਉੱਧਰਲੀ ਸਾਈਡ 'ਤੇ ਹੀ ਆ ਮੇਰੇ ਖਿਆਲ। ਚੱਲ ਚਲਾ ਪਾ ਆ, ਪੈਰ ਤਲਾ ਲਾ, ਕੈਂਚੀ ਚਲਾਉਣਾ ਉਹ ਪਿਆ ਬਟਨ ਚਲਾਵਾਂ ਫਿਰ ਮੈਂ। पानी तो थोड़ा क्यों है यार? झटके मार दी है मोटर, वो भाई कहता किराए वाला क्या यार झटके मार दी, 2 मिनट बाद फिर सैट हो जाता पानी। देर हो गई वाला, देर हो गई पता नहीं कदों का किता है। ਉਹ ਪਾ ਦਿਆ ਨਾ ਬੰਦ ਕਰਾਂ, ਤੇ ਇਹ ਨੱਟ ਕੇ ਕੱਸਿਆ ਨਹੀਂ ਸੀ ਫਿਰ ਖੁੱਲਦਾ ਪਿਆ ਥੱਲੋਂ। ਲੀਕ ਉੱਥੋਂ ਹੀ ਹੋਣਾ। ਚਲਾ ਹੈਂ ਚਲਾਵਾਂ ਫਿਰ, ਇਹਨੂੰ ਕੱਸ ਲਾ ਪਹਿਲਾਂ ਅੱਗੇ ਲੱਥਣ ਲੱਗਾ। ਹੈਲੋ ਤਾਂ ਨਹੀਂ ਹੁਣ ਚੱਲ ਬਸ ਠੀਕ, ਉਧਰੋਂ ਵੇਖ ਲੈ ਲੀਕੇਜ ਤਾਂ ਨਹੀਂ ਹੈਗਾ, ਨਾਲੇ ਕਿ ਨਹੀਂ ਹੋ ਰਿਹਾ ਵਾ। ਨਹੀਂ ਆਹੀ ਪਾਣੀ ਗਿਆ, ਇਹੀ ਗਿਆ ਸੀ, ਬੰਦ ਕਰ ਦੇਖ ਲਾ ਇਹ ਨਾ ਹੋਵੇ ਕਿ ਕੱਲ ਨੂੰ ਫਿਰ ਕੰਮ ਰੁਕ ਜਾਵੇ। ਹੈ ਠੀਕ ਆ ਬਿਲਕੁਲ, ਆ ਸੌ ਆ ਵਿੱਚ ਜਾਈ ਜਾਂਦਾ ਪਾਣੀ ਹੈ।